Hello friends, this is Dr. Meenakshi. Welcome back to my channel. Today again I'm here with task 1, that is process. So let's check statement first. So the statement is, the diagram below shows how to recycle organic waste to produce garden fertilizer. So अपन एक प्रोसेस दिखती है जिदे विच उन्होंने दसिया कि किदा ऑर्गेनिक वेस्ट नू यूज करके फर्टिलाइजर नू अपा प्रोड्यूस कर सकते हैं. सो सब तो पहले आप देखेंगे एग्जैक्टली इहदे विच हैगा की है. एज यू नो मैं लास्ट वीडियो भी तुहानू दसिया सीगा कि लाइक जदों आप प्रोसेस लिखना होंदा इट्स वेरी ईजी. हाउ यू कैन राइट इट, यू कैन जस्ट राइट ईच एंड एवरी सेंटेंस इन पैसिव फॉर्म, राइट. मोस्टली एज यू नो कि प्रेजेंट इनडेफिनेट दे विच हुंदा जिदा आप पहला कहेंगे कि एक कंटेनर लै लिया जाता है, right? So that's all about present indefinite tense, right? And I know ki tuhanu sab nu pata hai ki present indefinite tense nu jadon assi passive form de vich banane hai, then what we use there, we use is or are plus third form, right? So odda hi apan task nu ajj likhange. ਹੁਣ ਆਪਾਂ ਸਮਝਦੇ ਹਾਂ ਪਹਿਲਾਂ ਦਿੱਤਾ ਕੀ ਹੋਇਆ. ਸਭ ਤੋਂ ਪਹਿਲਾਂ ਦੇਖੋ ਆਪਾਂ ਨੂੰ ਲਿਖਿਆ ਪਲਾਸਟਿਕ ਕੰਟੇਨਰ. ਸੋ ਦੈਟ ਮੀਨਸ ਸਭ ਤੋਂ ਪਹਿਲਾਂ ਆਪਾਂ ਕਹਾਂਗੇ ਕਿ ਇੱਕ ਪਲਾਸਟਿਕ ਕੰਟੇਨਰ ਲਿਆ ਜਾਂਦਾ ਆ, ਐਂਡ ਮੋਰ ਓਵਰ ਵਾਲੀਅਮ ਇਜ਼ ਗਿਵਨ ਟੂ ਯੂ. ਦਾ ਵਾਲੀਅਮ ਕਿੰਨਾ ਆ, 2 meter cube, ਰਾਈਟ. ਐਂਡ ਸੈਕਿੰਡ ਆਪਾਂ ਦੇਖ ਸਕਦੇ ਹਾਂ ਕਿ ਇੱਦਾਂ ਇਹਨਾਂ ਨੇ ਸੈਕਿੰਡ ਲਾਈਕ ਡਬਲ ਫੋਰਮ ਦੇ ਵਿੱਚ ਬਣਾਇਆ ਅਤੇ ਉੱਥੇ ਲਿਖਿਆ ਏਅਰ. ਵਟ ਡਜ਼ ਇਟ ਮੀਨ? ਇਟ ਮੀਨ ਕਿ ਇਹ ਜਿਹੜਾ ਕੰਟੇਨਰ ਆ ਉਹਦੇ ਵਿੱਚ ਕੀ ਨੇ, ਦੀਜ਼ ਆਰ ਹੋਲਸ, ਐਂਡ ਇਹ ਹੋਲਸ ਦੇ ਵਿੱਚੋਂ ਜਿਹੜੀ ਏਅਰ ਹੈ ਉਹ ਇਨ ਆਊਟ ਹੋ ਸਕਦੀ ਹੈ, ਰਾਈਟ. ਸੋ ਇਹਨੂੰ ਆਪਾਂ ਪਹਿਲਾਂ ਐਜ਼ ਇਟ ਇਜ਼ ਜੋ ਜੋ ਵੀ ਸਾਨੂੰ ਮਿਲਦਾ ਪਿਆ ਆ ਵਰਡਸ ਉਹਨਾਂ ਸਾਰਿਆਂ ਨੂੰ ਅਸੀਂ ਯੂਜ਼ ਕਰਕੇ ਸੈਂਟੈਂਸ ਬਣਾਵਾਂਗੇ, ਰਾਈਟ. ਸੋ ਸੈਕਿੰਡ ਵਨ, ਸੈਕਿੰਡ ਦੇ ਵਿੱਚ ਦੇਖੋ ਸਾਨੂੰ ਲਾਈਕ ਦਿਖਦਾ ਪਿਆ ਕਿ ਇੱਥੇ ਕੀ ਨੇ, ਦੀਜ਼ ਆਰ ਫਾਰਮ ਆਫ ਲੇਅਰਸ, ਰਾਈਟ, ਹੈਵਿੰਗ ਇੱਥੇ ਕੀ ਦਿੱਤਾ ਸਾਨੂੰ ਐਗਜੈਕਟਲੀ 15 ਸੈਂਟੀਮੀਟਰ ਦੀ ਹਰ ਇੱਕ ਲੇਅਰ ਹੈ, ਐਂਡ ਦੇਅਰ ਆਰ 3 layers ਵਿਚ ਆਰ ਗਿਵਨ ਟੂ ਯੂ. ਅਤੇ ਉਹ ਲੇਅਰ ਦੇ ਵਿੱਚ ਕੀ ਕਰਨਾ ਆ, ਫੂਡ, ਗਰਾਸ ਔਰ ਨਿਊਜ਼ ਪੇਪਰ ਨੂੰ ਪਾਉਣਾ ਆ, ਰਾਈਟ. ਨੰਬਰ 3 ਦੇ ਵਿੱਚ ਦੇਖੋ ਨਾਈਟ੍ਰੋਜਨ ਦਿੱਤਾ, ਵਾਟਰ ਦਿੱਤਾ, ਹੋਟ ਵਾਟਰ ਓਨਲੀ. ਸੋ ਦੈਟ ਮੀਨਸ ਉਸ ਤੋਂ ਬਾਅਦ ਜਿਹੜਾ ਵਾਟਰ ਅਤੇ ਨਾਈਟ੍ਰੋਜਨ ਆ ਉਹਨੂੰ ਪਾਇਆ ਜਾਂਦਾ ਕਿਹਦੇ ਵਿੱਚ, ਕੰਟੇਨਰ ਦੇ ਵਿੱਚ ਔਰ ਜਾਰ ਦੇ ਵਿੱਚ. ਫੋਰਥ ਦੇ ਵਿੱਚ ਕੀ ਹੋ ਰਿਹਾ ਦੇਖੋ, ਹੁਣ ਅੰਡਰਸਟੂਡ ਹੈ ਜਦੋਂ ਹੋਟ ਵਾਟਰ ਨੂੰ ਪਾਇਆ ਜਾਂਦਾ ਤਾਂ ਕੀ ਹੁੰਦਾ ਐਗਜੈਕਟਲੀ, ਕੀ ਹੋਊਗਾ, ਹੀਟ ਪ੍ਰੋਡਿਊਸ ਹੋਊਗੀ. ਸੋ ਹੀਟ ਹੈ ਜਿਹੜੀ ਉਹ ਆਊਟ ਆ ਰਹੀ ਹੈ ਕਿਹਦੇ ਥਰੂ, ਹੋਲਸ ਦੇ ਥਰੂ. ਆਪਾਂ ਉੱਪਰ ਦੇਖੀਏ ਨਾ, ਦੀਜ਼ ਆਰ ਦਾ ਹੋਲਸ. ਸੋ ਹੋਲਸ ਦੇ ਵਿੱਚ ਉਹਦੀ ਹੀਟ ਹੈ ਜਿਹੜੀ ਉਹ ਬਾਹਰ ਆ ਰਹੀ ਆ. ਐਂਡ ਇੱਥੇ ਲਿਖੀ ਹੈ 6 months. ਸੋ ਦੈਟ ਮੀਨਸ ਆਫਟਰ 6 months ਕੀ ਹੁੰਦਾ, ਇਹ ਇਹਦੀ ਪ੍ਰੋਸੈਸਿੰਗ ਹੁੰਦੀ ਹੈ ਅਤੇ ਫਿਰ ਦੈਨ ਕੰਪੋਸਟ ਇਜ਼ ਰੈਡੀ ਟੂ ਯੂਜ਼. ਓਕੇ, ਸੋ ਇਟਸ ਆਲ ਅਬਾਊਟ ਪ੍ਰੋਸੈਸ. ਹੁਣ ਆਪਾਂ ਚੈੱਕ ਕਰਦੇ ਹਾਂ ਲਿਖਣਾ ਕਿਵੇਂ ਆ. ਇੰਟਰੋਡਕਸ਼ਨ ਐਜ਼ ਯੂ ਨੋ ਕਿ ਇਹਦੇ 4 parts ਹੁੰਦੇ ਨੇ. ਨੰਬਰ 1 ਇੰਟਰੋਡਕਸ਼ਨ ਵੀ ਵਿਲ ਰਾਈਟ, ਦੈਨ ਬਾਡੀ ਪੈਰਾਗ੍ਰਾਫ 1, ਦੈਨ ਬਾਡੀ ਪੈਰਾਗ੍ਰਾਫ 2, ਐਂਡ ਲਾਸਟ ਵਿਲ ਬੀ ਓਵਰਆਲ, ਰਾਈਟ. ਸੋ ਓਵਰਆਲ ਵਰਡ ਨਹੀਂ ਯੂਜ਼ ਕਰਨਾ ਲਾਸਟ 'ਤੇ, ਜਦੋਂ ਵੀ ਆਪਾਂ ਓਵਰਆਲ ਲਿਖਣਾ ਦੈਨ ਵੀ ਯੂਜ਼ ਅ ਵਰਡ ਦੈਟ ਇਜ਼ ਐਨਕੈਪਸੂਲੇਸ਼ਨ. ਸੋ ਵਟ ਡਜ਼ ਇਟ ਮੀਨ? ਐਨਕੈਪਸੂਲੇਸ਼ਨ ਮੀਨਸ ਹੀਅਰ ਵੀ ਹੈਵ 2 winners. ਵੀ ਹੈਵ ਆਲਰੇਡੀ ਰਿਟਨ ਬਾਡੀ ਪੈਰਾਗ੍ਰਾਫ 1 ਐਂਡ ਬਾਡੀ ਪੈਰਾਗ੍ਰਾਫ 2. ਸੋ ਐਨਕੈਪਸੂਲੇਸ਼ਨ ਮੀਨਸ ਉਹਨਾਂ ਨੂੰ ਇਕੱਠਿਆਂ ਨੂੰ ਐਨਕੈਪਸੂਲੇਟ ਕਰਨਾ ਇੱਕ ਸੈਂਟੈਂਸ ਵਿੱਚ, ਇਕੱਠਾ ਕਰਨਾ, ਰਾਈਟ. ਉਹਨੂੰ ਆਪਾਂ ਬੋਲਦੇ ਹਾਂ ਐਨਕੈਪਸੂਲੇਸ਼ਨ. ਸੋ ਡੋਂਟ ਰਾਈਟ ਦੇਅਰ ਓਵਰਆਲ ਵਰਡ, ਵੀ ਵਿਲ ਰਾਈਟ ਦੇਅਰ ਐਨਕੈਪਸੂਲੇਸ਼ਨ. ਓਕੇ, ਲੈਟਸ ਵੀ ਸਟਾਰਟ ਵਿਦ ਇੰਟਰੋਡਕਸ਼ਨ ਪਾਰਟ. ਸੋ ਇੰਟਰੋਡਕਸ਼ਨ ਵੀ ਵਿਲ ਸਟਾਰਟ ਵਿਦ, the Rendell diagram depicts information about the number of steps which are involved in making garden fertilizer. So exactly, jadon vi tuhanu koi process ditta hai ohde ch yaar number of steps ditte honge ya first stages dittiyan honge. So let's be check first. Assi sab to pehla check ki karna hai ki what is given, steps or stages. Here steps are given to you, right. So we will mention there ਕੀ ਦਿੱਤਾ ਹੈ ਸਾਨੂੰ ਇਨਫੋਰਮੇਸ਼ਨ, ਕਿਹਦੇ ਬਾਰੇ. ਰੈਂਡਮ ਮੀਨਸ ਗਿਵਨ, ਡਾਇਗ੍ਰਾਮ ਡਿਪੈਕਟ ਕਰ ਰਿਹਾ, ਸ਼ੋ ਕਰ ਰਿਹਾ, ਇਲਸਟ੍ਰੇਟ ਕਰ ਰਿਹਾ ਇਨਫੋਰਮੇਸ਼ਨ ਨੂੰ. ਕਿਹਦੇ ਬਾਰੇ ਇਨਫੋਰਮੇਸ਼ਨ ਹੈ, ਦੈਟ ਇਜ਼ ਆਲ ਅਬਾਊਟ ਨੰਬਰ ਆਫ ਸਟੈਪਸ. ਸਟੈਪਸ ਦੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੇ ਕਿ ਇਨਵੋਲਵ ਨੇ ਇਹਦੇ ਵਿੱਚ ਗਾਰਡਨ ਫਰਟੀਲਾਈਜ਼ਰ ਨੂੰ ਬਣਾਉਣ ਦੇ ਵਿੱਚ, ਰਾਈਟ. ਸੋ ਆਲਵੇਜ਼ ਆਪਾਂ ਸੇਮ ਜਿਹੜੀ ਇੰਟਰੋਡਕਸ਼ਨ ਨੂੰ ਕਾਪੀ ਪੇਸਟ ਕਰਾਂਗੇ ਜਦੋਂ ਵੀ ਅਸੀਂ ਪ੍ਰੋਸੈਸ ਦੀ ਗੱਲ ਕਰਦੇ ਹਾਂ, ਰਾਈਟ. ਦੈਨ ਕਮ ਟੂ ਬੋਡੀ ਪੈਰਾਗ੍ਰਾਫ 1, ਐਜ਼ ਵੀ ਵਿਲ ਸਟਾਰਟ ਵਿਦ ਟੂ ਬਿਗਿਨ ਵਿਦ, ਰਾਈਟ. ਸੋ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਾਂਗੇ ਫਸਟ ਸਟੈਪ ਤੋਂ. ਸੋ ਜਿੱਦਾਂ ਮੈਂ ਇੱਥੇ ਲਿਖਿਆ ਇਨ ਦਾ ਫਸਟ ਸਟੈਪ, ਸੋ ਵਟ ਇਜ਼ ਗਿਵਨ ਟੂ ਯੂ ਹੀਅਰ, ਅ ਪਲਾਸਟਿਕ ਕੰਟੇਨਰ ਐਜ਼ ਆਈ ਟੋਲਡ ਯੂ ਬਿਫੋਰ. ਸੋ ਵੀ ਵਿਲ ਰਾਈਟ ਦੇਅਰ ਅ ਪਲਾਸਟਿਕ ਕੰਟੇਨਰ ਆਫ. ਸੋ ਅਸੀਂ ਉੱਥੇ ਮੈਂਸ਼ਨ ਕਰਾਂਗੇ, ਡੋਂਟ ਸਕਿਪ ਐਨੀਥਿੰਗ ਵਿਚ ਇਜ਼ ਗਿਵਨ ਟੂ ਯੂ, ਰਾਈਟ. ਸੋ ਉਹਨੂੰ ਅਸੀਂ ਮੈਂਸ਼ਨ ਕਰਾਂਗੇ. ਸੋ ਦਾ ਵੋਲਿਊਮ ਦਿੱਤਾ ਆ, ਸੋ ਨਾਲ ਮੈਂ ਵੋਲਿਊਮ ਵੀ ਮੈਂਸ਼ਨ ਕੀਤਾ ਆ. ਸੋ ਮੈਂ ਉੱਥੇ ਦੱਸਿਆ ਕਿ ਪਲਾਸਟਿਕ ਕੰਟੇਨਰ ਲਿਆ ਜਾਂਦਾ ਆਫ ਦਿਸ ਵੋਲਿਊਮ 2 meter cube. ਵੋਲਿਊਮ ਇਜ਼ ਟੇਕਨ, ਮੀਨਸ ਲਿਆ ਜਾਂਦਾ ਹੈ, ਮੈਂ ਉਹਨੂੰ ਪੈਸਿਵ ਫਾਰਮ 'ਚ ਬਣਾਇਆ.
okay? So this container has holes on both sides. और आप देख सकते हैं कि holes ने दोनों sides से उन्हें air पाया है उठे. So आप क्या लिखेंगे कि दोनों sides से किने holes ने. So this container has holes on both sides for air to let in or out. Right? So holes किधर लेने? हवरा अंदर pass on होली अंदर बाहर देली. Okay? So then in the subsequent stage means in the next stage or step. Sorry, I have written here by mistake stage. So here will be step. So in the subsequent step means in the next step. So ki hunda ya? Waste is put in the container. Waste पाया जाता है. आप ऐसे already देखिए तीन layers ने थे. एक newspaper लिया, second grass लिए थे, third food दे लिया. So आप ऐसे mention करांगे is put in container in the form of layers. Layers ही form दे बच्चे. वेस्ट नू पाया जाता किधर वेज कंटेनर दे वेज. सो उस तो बार ऐसी दसांगे कि बॉटम 15 सेंटीमीटर दे वेज की है, सो टॉप दे वेज की है, तो दो टॉप मोस्ट जिधरी लेयर है उधर वेज की है. सो द बॉटम 15 सेंटीमीटर ऑफ जार हैज, सो व्हाट इज हियर फूड, सो वी विल राइट देयर हैज फूड वेस्ट. सो ऑन द टॉप ऑफ विच इस तो ऊपर की है ग्रास, सो वी विल मेंशन देयर ऑन द टॉप ऑफ विच इज ग्रास वेस्ट. And the topmost, that is the topmost layer, which yes consists with kidinal consist of the newspapers, right? So it is nopa as it is mentioned kita. So these are the layers which are given to you. So layers they which different waste no paya chanda. Okay, got it. So it's all about body paragraph 1. Next come to body paragraph 2. Asi ethe stop kyon kita? Because ethe sade kol likhan layi kafi kuch si. After that we don't have so much material na. So that's why ethe stop karke asi third jehdi hagi step hega jehda ohnu asi mention karange body paragraph 2 de vich. Okay, so body paragraph 2 you will directly start with in addition to this. So in the next step, so next step means in the third one we are talking about. Hot water and nitrogen are poured into the jar. Onu paya chanda where kitta chanda kithe jar de vich. Okay, so instead of writing again and again container, we can use the synonym for that which is jar. Okay, so after that jar is closed. So you can see here athe kisi ka open si ga athe ki ye close karta hu. Theek hai, so we can write there jar is closed from the top. ओके, सो टॉप तो उन्हें टक दिता जाता किदे नाल विद लिड, विद द हेल्प ऑफ लिड टक दे नाल उन्हें टक दिता जाता. और इंस्टेड ऑफ राइटिंग दिस डायरेक्टली यू कैन राइट देयर दैट इज सील्ड, सील्ड हैविंग द सेम मीनिंग दैट इज क्लोज्ड, राइट. सो हम जब उन्हें टक दिता जाता अंदर हॉट वाटर है, सो की होएगा उस तो बाद जी हीट है वो आप देख रहे हैं कि होज के विचों दी बाहर आ रही है. सो वी विल मेंशन देयर हीट कम्स आउट फ्रॉम द होल्स. So hose de vichon ni jehdi heat hai that just comes out. Okay, so in the eventual stage or step, so again sorry for that, we will write here step not stage, right? So in the eventual step, eventual means last. Last de vich ki hai ek container hai jehda ohnu 6 months layi rakh ditta janda hai. Okay, so after 6 months jehdi compost are ready hundi hai. So apan ki mention karange, this container is left for 6 months, for next 6 months, right? In rakhas on that, and after this time, a time period to baad, right? A wala kira we are talking about 6 months, right? So the compost is ready for use in the gardens. Okay, so these are the body paragraphs, and last one is overall. Jadon we see process likh de ta hamesha overall de vich ki likhna hunda, you will directly mention here how many steps are involved here. 5 steps are involved. So we will mention there in encapsulation, it is crystal clear that 5 steps are involved in this process, right? So after that we will mention first step kithu shuru hoya and last one kithe khatam hoya. Okay, so we will mention there starts with aeration of the container. Aeration means air, right? So and culminates with the production of fertilizer, and end up kithe hunda ya production hote hunda ya. So that's why as I mentioned earlier, it's very simple. I hope it's clear to everybody. So keep watching my channel and don't forget to subscribe my channel and also like my videos. Thank you, have a nice day. Till next time, navi video dinao, tatakli, thank you, bye bye.